ਅਸਲਾਮ ਅਲੈਕਮ ਜੀ ਭਾਈ ਜਾਨ, ਕੀ ਹਾਲ ਆ? ਠੀਕ ਹੋ? ਹਰ ਬੰਦੇ ਦੀ ਆਪਣੀ ਪਸੰਦ, ਆਪਣੀ ਸਮਝ, ਆਪਣੀ ਬੋਲੀ ਜੀ। ਮੈਨੂੰ ਦੋਸਤਾਂ ਨੇ ਕਿਹਾ ਸਾਕੀ ਭਾਈ ਆਪਣਾ ਕੋਈ ਮੇਨ ਬਹੁਤ ਅੱਛਾ ਕੋਈ ਜੋੜਾ ਕੱਢ ਕੇ ਦੇ, ਅਸੀਂ ਸਰਕਾਰ ਜੋੜਾ ਲੈਣ ਦੇ ਖੁਆਇਸ਼ਮੰਦ ਆ ਜੀ। ਅਤੇ ਸਾਕੀ ਭਾਈ ਨੇ ਵੀ ਫਿਰ ਨਾ ਬ੍ਰੈਂਡ ਹੀ ਕੱਢ ਦਿੱਤਾ ਡਾਇਮੰਡ ਕਬੂਤਰ, ਅਤੇ ਇਹ ਸਰਕਾਰ ਮਾਸ਼ਾ ਅੱਲਾ। ਹੁਣ ਇਹਨੂੰ ਮਾਦੀ ਤੁਸੀਂ ਕਹਿਣਾ ਖਰੇ ਤੁਸੀਂ ਟੈਡੀ ਆ, ਇਹ ਟੈਡੀ ਕਬੂਤਰ ਹੀ ਨਹੀਂ ਜਨਾਬ, ਇਹ ਤੁਸੀਂ ਸ਼ੌਕ ਕਰੋਗੇ ਤੁਹਾਨੂੰ ਲੱਗ ਹੀ ਪਤਾ। ਮੈਂ ਕਿਹਾ ਜੋੜਾ ਦੋਸਤਾਂ ਨੂੰ ਦਈਏ, ਕਬੂਤਰ ਨੂੰ ਦਾਣੇ ਦਾ ਟਾਈਮ ਆ। ਇਹ ਦੇਖੋ ਮਾਸ਼ਾ ਅੱਲਾ ਦਾਣਾ ਖਾਂਦੇ ਚਸਾਂ ਲੈ ਰਹੇ ਜਨਾਬ ਕਬੂਤਰ। ਇਹ ਜੋੜਾ ਦੇਖੋਗੇ ਨਾ ਮਜ਼ਾ ਵੀ ਆਏਗਾ, ਔਰ ਜੋੜਾ ਤੁਸੀਂ ਤਰਲੇ ਵੀ ਕਰੋਗੇ ਕਿ ਸਾਕੀ ਭਾਈ ਆ ਜੋੜਾ ਯਾਰ ਦੇ ਦੇ। ਅਤੇ ਮੈਂ ਕਹਿੰਦਾ ਭਰਾ ਜੀ ਲੈ ਲਓ, ਮੈਂ ਨਾ ਤਾਂ ਨਹੀਂ ਨਾ ਕਰਨੀ, ਮੈਨੂੰ ਮਾਲੂ ਲਾਉਣਾ ਪਹਿਲੇ ਤੁਹਾਨੂੰ ਮੈਂ ਮਾਦੀ ਤਾਂ ਹੋਣੀ ਭਾਜੀ ਜਾਂ ਨਰਦ ਹਾਂ, ਉਹ ਤੁਸੀਂ ਦੱਸਣਾ ਵਾ ਜੀ ਕਿਹੜੀ ਸ਼ਾਇਦ ਖਾਵਾਂ ਜੀ। ਲਓ ਜੀ ਭਾਜੀ ਬਿਸਮਿਲਲਾਹ, ਉੱਧਰ ਚਲੋ ਉੱਧਰ, ਇੱਧਰੋਂ ਮੈਂ ਤੁਹਾਨੂੰ ਦਿਖਾਵਾਂ ਫੜ ਕੇ, ਉੱਧਰ ਫਿਰ ਕੈਮਰੇ ਤੋਂ ਉਹਦੇ ਚੱਕ ਨਹੀਂ ਹੁੰਦੀ। ਇਹ ਲਓ ਜੀ ਪਹਿਲੇ ਮਾਦੀ ਦੇਖੋ ਜਨਾਬ, ਨਾਲੇ ਉਹਨੇ ਜਿਹਾ ਕਬੂਤਰ ਵੀ ਤੇਰਾ ਸਾਹ ਸੂ ਲੈ ਕੇ ਉੱਡ ਉੱਡ ਲੈਣ। ਲਓ ਭਾਈ ਜਾਨ ਸ਼ੌਕ ਕਰੋ ਤੇਰਾ ਮਾਦੀ ਦੇਖ ਕੇ, ਮਾਸ਼ਾ ਅੱਲਾ ਜ਼ਰੂਰ ਕਹਿਣਾ ਵਾ, ਉਹ ਨਜ਼ਾਰੇ ਨਾ ਆਏ ਤਾਂ ਪੈਸੇ ਵਾਪਸ ਜਨਾਬ। ਇਹ ਲਓ ਇਹ ਇੱਥੇ ਕਰ ਲਓ ਸਰ, ਇਹ ਲਓ ਜੀ ਇਹ ਮਾਦੀ ਆ ਭਾਈ ਜਾਨ, ਸ਼ੌਕ ਕਰ ਲਓ ਤਸੱਲੀ ਦੇ ਨਾਲ, ਬਹੁਤ ਵੱਡੀ ਮਾਦੀ ਆ ਜੀ ਇਹ। ਇਹ ਲਓ ਜੀ ਚੈੱਕ ਕਰ ਲਓ ਅੱਖ, ਤੁਹਾਨੂੰ ਦੱਸਿਆ ਤੁਹਾਨੂੰ ਇੱਦਾਂ ਲੱਗੇ ਕਿ ਜਿੱਦਾਂ ਟੈਡੀ ਆ। ਹੁਣ ਭਾਵਾਂ ਤੁਸੀਂ ਇਹਨੂੰ ਕਹੋ ਵੀ ਮੂਲ ਨਮਾਜ਼ ਘੁੰਮਣ ਸਾਹਿਬ ਵਾਲੀ ਸ਼ਰਮੀਲੀ ਆ, ਤਾਂ ਭਾਵਾਂ ਕਹੋ ਵੀ ਇਹ ਸ਼ਰਮੀਲੀਆਂ ਦੀ ਮਾਂ ਵਾ। ਠੀਕ ਆ ਜੀ ਇਹ ਲਓ, ਬਹੁਤ ਵੱਡੀ ਮਾਦੀ ਆ ਭਾਈ ਜਾਨ, ਦੇਣ ਲੱਗਾ ਜਨਾਬ ਅੱਜ, ਬਸ ਆਪਣੇ ਸਮਝੋ ਦਿਲ 'ਤੇ ਹੱਥ ਰੱਖ ਕੇ ਦੇਣ ਲੱਗੇ ਹਾਂ ਜੀ। ਇਹ ਬਸ ਆਈ ਵੀ ਮੈਨੂੰ ਇੱਦਾਂ ਦੀ ਛੱਤ ਤੋਂ ਸੀਗੀ ਜਿੱਥੋਂ ਉਹਨਾਂ ਨੇ ਕਿਹਾ ਸਾਕੀ ਭਾਈ ਚੈੱਕ ਕਰੋ ਪੱਲੇ। ਦੇਖੋ ਨਾ ਜਿਹੜੇ ਬ੍ਰੈਂਡ ਬਣੇ ਹੁੰਦੇ ਉਹ ਬ੍ਰੈਂਡ ਹੁੰਦੇ, ਕਹਿੰਦੇ ਬ੍ਰੈਂਡ ਉਹਨੂੰ, ਚੈੱਕ ਕਰੋ ਮਾਸ਼ਾ ਅੱਲਾ। ਲਓ ਠੀਕ ਆ ਭਾਜੀ, ਅੱਗੇ ਮੇਰੇ ਭਰਾਵਾਂ ਦੀ ਸਮਝ ਆ ਜੀ, ਦੇ ਦੀ ਸਮਝ 'ਚ ਆਉਣਾ ਜੋੜਾ ਲੈਣਾ ਵਾ ਜੀ। ਮੈਂ ਆਪਣੀ ਸਮਝ ਬੁੱਝ ਨਾਲ ਜੋੜਾ ਲਾ ਦਿੱਤਾ ਹੀ ਹੋ, ਜਿਹਨੂੰ ਪਸੰਦ ਆਇਆ ਦੁੰਮ ਵੀ ਬੰਦ ਮੇਨਟੇਡ, ਇਹ ਪੰਜੇ ਹੀ ਹੋ, ਔਰ ਇਹ ਕਬੂਤਰੀ ਆ ਜੀ ਚੈੱਕ ਕਰ ਲਓ ਮਾਸ਼ਾ ਅੱਲਾ। ਲਓ ਠੀਕ ਆ ਭਾਜੀ, ਸ਼ੌਕ ਕਰ ਲਓ ਜਨਾਬ। ਇਹ ਤੁਹਾਨੂੰ ਦੱਸਿਆ ਇੱਦਾਂ ਲੱਗੂ ਜਿੱਦਾਂ ਸੰਘੀ ਪੱਟੀ ਸਾਹਿਬ ਵਾਲੀ ਟੈਡੀ ਮਾਦੀ ਆ ਜੀ। ਐਵੇਂ ਨਹੀਂ ਅਗਲੇ ਉੱਦਾਂ ਦੇ ਕਬੂਤਰ ਬਣਾਉਂਦੇ ਰਹੇ ਭਾਜੀ, ਇਹ ਉੱਡਦੇ ਰਹੇ ਤਾਂ ਬਣਾਉਂਦੇ ਰਹੇ ਨਾ, ਚਲੋ ਤੁਹਾਨੂੰ ਨਰਦ ਹੋ। ਲਓ ਸਰ ਡਾਇਮੰਡ ਬਰੀਡ ਦਾ ਨਰ ਵਾ ਜੀ, ਮਾਸ਼ਾ ਅੱਲਾ, ਬਸ ਦਿਲ ਵੱਡਾ ਕਰ ਲਿਆ। ਹਾਲਾਂਕਿ ਇੱਦਾਂ ਦੇ ਕਬੂਤਰ ਮੈਂ ਦਿੰਦਾ ਨਹੀਂ ਹੁੰਦਾ ਹੈਗਾ, ਇਹ ਗੋਲਡਨ ਬੱਚਿਆ ਕੱਢੇਗਾ ਤੁਹਾਨੂੰ ਅਲੱਗ ਲੋ ਹੋ ਜਾਏਗੀ ਸਰ। ਇਹਦੀ ਅੱਖ ਦੇ ਵਿੱਚ ਲਾਲ ਵਾਹ ਜਿਹਾ ਗੋਲਡਨ ਰਿੰਗ ਨਜ਼ਰ ਆਉਂਦੇ ਆ, ਕਾਲੀ ਨਹੀਂ ਅੱਖ ਹੈਗੀ। ਇਹ ਚੈੱਕ ਕਰੋ ਸਰ, ਇਹ ਵਿੱਚ ਹੈ ਨਾ, ਤੁਸੀਂ ਜਦੋਂ ਕੋਲੋ ਦੇਖੋ ਤੁਹਾਨੂੰ ਰਿੰਗ ਵਾਹ ਜਿਹਾ ਅੱਖਾਂ ਦੇ ਵਿੱਚ ਹੈ। ਦੇਖੋ ਮੈਂ ਜ਼ੂਮ ਕਰਕੇ ਕੋਸ਼ਿਸ਼ ਕਰਦਾ ਤੁਹਾਨੂੰ ਹਾਵਾਂ, ਲਾਲ ਰਿੰਗ ਨਜ਼ਰ ਆਉਣਗੇ, ਉਹ ਚੈੱਕ ਕਰੋ ਪਿੱਛੇ ਅੱਖ। ਦੇਖਿਆ ਇਹ ਗੋਲਡਨ ਬੱਚੇ ਕੱਢਦੇ ਆ ਜੀ, ਇਸ ਮਾਦੀ ਨਾਲ ਤਾਂ ਵੈਸੇ ਹੀ ਐਂਡ ਕਰਦੇ ਹਾਂ ਕਹਿੰਦਾ ਇਨਸ਼ਾਅੱਲਾ। ਬੜਾ ਵੱਡਾ ਕਬੂਤਰ ਆ ਜੀ, ਠੀਕ ਆ ਜੀ, ਇਹਨੇ ਤੁਹਾਡੇ ਭਰਾ ਨੇ ਇਹ ਜੋੜਾ ਲਾ ਲੈਣਾ ਵਾ, ਇਹ ਆਫਰ ਹੀ ਆ ਸਮਝੋ ਤੁਹਾਨੂੰ ਖਸੂਸੀ। ਚੈੱਕ ਕਰੋ ਮਾਸ਼ਾ ਅੱਲਾ, ਮਜ਼ਾ ਨਾ ਆਵੇ ਪੈਸੇ ਵਾਪਸ ਜਨਾਬ। ਹੱਡੀ ਜੋੜ ਲਓ, ਛੱਡ ਦਿਓ ਸਾਕੀ ਤੇ ਗੱਲ ਤੁਸੀਂ, ਇਹ ਚੈੱਕ ਕਰੋ ਕਮਾਨਾਂ ਬੜੀਆਂ। ਇੱਦਾਂ ਦੇ ਜੋੜੇ ਹੀ ਆਪ ਲਾਈ ਦੇ, ਇੱਦਾਂ ਦੇ ਜੋੜੇ ਦੋਸਤਾਂ ਨੂੰ ਦੇਈਦੇ ਜਨਾਬ। ਚੈੱਕ ਕਰ ਲਓ ਪੰਜੇ ਵੀ, ਠੀਕ ਆ ਭਾਜੀ ਇਹ ਜੋੜਾ ਵਾ ਜਨਾਬ। ਅਗਰ ਕਿਸੇ ਭਰਾ ਦੀ ਸਮਝ 'ਚ ਆਵੇ ਤਾਂ ਸਰਕਾਰ ਮੇਰੇ ਨਾਲ ਰਾਬਤਾ ਕਰ ਲਵੇ ਜੋੜੇ ਦੇ ਬਾਰੇ 'ਚ, ਫਿਰ ਅੱਗੇ ਵੀ ਜੋੜਾ ਮਿਸ ਹੋ ਗਿਆ ਜੀ, ਉਹ ਇਹ ਮਿਸ ਹੋਣ ਵਾਲੀ ਸ਼ੈ ਵਾ। ਇਹ ਬਸ ਮਿੰਟ ਦੀ ਆ ਗੇਮ, ਮਿੰਟ ਦੇ ਵਿੱਚ ਸੌਦੇ ਹੋਣ ਵਾਲਾ ਕਬੂਤਰ ਆ ਜੀ ਮਾਸ਼ਾ ਅੱਲਾ। ਮਾਦੀ ਕਬੂਤਰ ਨਾਲੋਂ ਵੱਡੀ ਔਰ ਕਬੂਤਰ ਮਾਦੀ ਨਾਲੋਂ ਵੱਡਾ, ਬਹੁਤ ਵੱਡੀਆਂ ਲੈਂਥਾਂ ਮਾਸ਼ਾ ਅੱਲਾ, ਔਰ ਜੇਠ ਦੇ ਨਾਗ ਬਣਨਗੇ ਮੇਰਾ ਮੰਨਣਾ ਵਾ ਜੀ। ਹਾਂਜੀ, ਬਾਕੀ ਹਰ ਬੰਦੇ ਦੀ ਆਪਣੀ ਸਮਝ ਬੁੱਝ ਆ ਜੀ, ਕਬੂਤਰ ਬਾਜੀ ਦਾ ਹਰ ਬੰਦੇ ਦਾ ਤਰੀਕਾਕਾਰ ਆਪਣਾ ਵਾ। ਸਾਡੇ ਵਰਗੇ ਕੋਈ ਲੈਂਦੇ ਆ ਤਾਂ ਕਹਿੰਦੇ ਪਤਾ ਨਹੀਂ ਕਬੂਤਰ ਸਹੀ ਹੋਣਗੇ ਨਹੀਂ ਹੋਣਗੇ, ਸਰਕਾਰ ਔਰ ਉਸਤਾਦਾਂ ਕੋਲ ਲੈਣ ਤਾਂ ਕਹਿਣਗੇ ਜੀ ਇਹ ਹੈ ਹੀ ਚੰਗਾ ਵਾ ਜੀ, ਫਿਰ ਤਾਂ ਬੱਚੇ ਕੱਢਦੇ ਰਹਿੰਦੇ, ਦੋ ਦੋ ਸਾਲ ਉਡਾਉਂਦੇ ਨਹੀਂ, ਉਹਨਾਂ ਦਿਨ ਬਿਮਾਰੀ ਪੈ ਕੇ ਮਰ ਜਾਂਦੇ, ਲੱਖਾਂ ਰੁਪਈਆ ਲਾ ਕੇ। ਠੀਕ ਆ ਜੀ, ਇਹ ਤਾਂ ਹਜ਼ਾਰਿਆਂ ਵਾਲੇ ਕਬੂਤਰ ਆ ਜੀ। ਠੀਕ ਆ, ਮੈਂ ਤੁਹਾਨੂੰ ਹੋਰ ਜੋੜਾ ਇੱਕ ਦਿਖਾਉਂਦਾ। ਆਹ ਦੇਖੋ ਭਾਈ ਜਾਨ, ਮੈਂ ਤਾਂ ਤੁਹਾਨੂੰ ਦੱਸਿਆ ਕਬੂਤਰਬਾਜ਼ੀ ਕਰਾਉਣੀ ਤੁਹਾਡੀ ਆਪਣੀ ਪਸੰਦ ਨਾਲ ਤੁਸੀਂ ਕਰਨੀ। ਇਹ ਸਰ ਜੋੜਾ ਮੀਆਂ ਨਜ਼ੀਰ ਸਾਹਿਬ ਵਾਲੀ ਗੋਲਡਨ ਮਾਦੀ ਆ ਜੀ ਭਾਈ ਜਾਨ, ਔਰ ਸਲਾਰਾ ਟੈਡੀ ਕਬੂਤਰ ਆ ਮਾਸ਼ਾ ਅੱਲਾ ਜੀ।
ਇਹ ਬੜੀਆਂ ਮਿੰਨਤਾਂ ਤੇ ਲੈਣਾ ਕਬੂਤਰ ਲਿਆਂਦਾ ਸੀ ਮੈਂ, ਲੇਕਿਨ ਜਦੋਂ ਵੇਚਦਾ ਵਾ ਫਿਰ ਮੈਂ ਇੱਦਾਂ ਹੀ ਕਰਦਾ ਹੁੰਦਾ ਵਾ, ਜਦੋਂ ਮੇਰੇ ਕੋਲ ਕਬੂਤਰਾਂ ਦੀ ਤਾਦਾਦ ਵਧੀ ਨਹੀਂ ਤੇ ਫਿਰ ਮੈਂ ਕਹਿੰਦਾ ਹੁੰਦਾ ਜਾਣ ਦਿਓ ਮਿੰਨਤਾਂ ਨਾਲ ਲਿਆਂਦਾ ਤੇ ਚਲੋ ਮੇਰੇ ਭਰਾਵਾਂ ਦਾ ਹੀ ਕੰਮ ਹੁੰਦਾ ਨਾ। ਇਹ ਆ ਮਾਦੀ ਦਾ ਸ਼ੌਕ ਕਰ ਲਓ ਪਹਿਲੇ ਭਾਈ ਜੀ ਤੁਸੀਂ, ਇੱਧਰੋਂ ਮਾਦੀ ਦਾ ਸ਼ੌਕ ਕਰਾਵਾਂ ਪਹਿਲੇ ਤੁਹਾਨੂੰ। ਇਹ ਲਓ ਭਾਈ ਜਾਨ ਜ਼ਰਾ, ਇਹ ਇੱਥੇ ਸ਼ੌਕ ਕਰ ਲਓ ਸਰ, ਹੋਰ ਦੱਸੋ। ਲਓ ਭਾਈ ਜਾਨ, ਇਹ ਲਓ ਸਰ, ਸੌਣ ਭਾਦੂ ਦਾ ਇਹ ਇਹ ਸਰ ਮੀਆਂ ਸਾਹਿਬ ਵਾਲੀ ਬਿਲਕੁਲ ਯੰਗ ਪੱਠੀ ਆ ਜੀ। ਹਾਂਜੀ ਬੁੱਢੀ ਕਬੂਤਰੀ ਨੀਗੀ। ਇਹ ਲਓ ਜੀ, ਇਹਨੇ ਹਜੇ ਆਪਣੀ ਅੱਖਾਂ 'ਤੇ ਰਿੰਗ ਬਣਾਉਣੇ ਜਨਾਬ, ਤੁਹਾਨੂੰ ਹੋਰ ਮਜ਼ਾ ਆ ਜਾਏਗਾ ਜਦੋਂ ਰਿੰਗ ਬਣੇ, ਤੁਸੀਂ ਕਹਿਣਾ ਤਸਵੀਰ ਵਾਲੇ ਕਬੂਤਰ ਬਣ ਗਏ ਸਾਡੇ। ਇਹ ਲਓ ਦੇਖੋ, ਜ਼ਰੇ ਜਾਲੀਦਾਰ ਅੱਖਾਂ ਵਾਲੇ ਜ਼ਰੇ ਆ ਜੀ, ਠੀਕ ਆ ਭਾਜੀ। ਔਰ ਇਹ ਪੱਠੀ 'ਤੇ ਜਨਾਬ ਤੁਸੀਂ ਚੈੱਕ ਕਰ ਲਓ ਜੀ ਪੱਲੇ। ਇਹ ਲਓ ਭਾਈ, ਇਹ ਦੇਖੋ ਤੇਜ਼ ਨਕੀਲੇ ਪਰਾਂ ਵਾਲੀ, ਮਾਸ਼ਾ ਅੱਲਾ ਹਜੇ ਪੱਠੀ ਆ, ਦੂਸਰਾ ਧਾਗਾ ਲੈਸ ਕਰਨ ਦੇ ਹੀ ਆ। ਅਤੇ ਦੇਖ ਲਓ ਤੁਸੀਂ ਭਾਈ ਜਾਨ, ਇਹ ਉਹਦੇ ਪਰ। ਇਹ ਲਓ ਜੀ, ਤੰਗ ਹੀ ਬਹੁਤ ਹੁੰਦੇ ਕਬੂਤਰ ਭਾਅ ਜੀ, ਇਹ ਚੈੱਕ ਕਰੋ ਮਾਸ਼ਾਅੱਲਾ ਭਾਅ ਜੀ। ਮੈਨੂੰ ਬੜਾ ਹੀ ਯਕੀਨ ਆ ਕਿ ਜੋੜੇ ਨੇ ਰਿਜ਼ਲਟ ਦੇਣਾ ਹੀ ਦੇਣਾ ਵਾ ਜੀ, ਮੈਂ ਨਰਦ ਹੁਣ। ਅਸਲੇ ਭਾਅ ਜੀ ਇਹ ਜਿਹੜਾ ਪੱਠਾ ਨਾ, ਇਹ ਪੱਠਾ ਹੈ ਨਾ ਬੱਚਾ ਹੁੰਦਾ ਉੜਿਆ ਵਾ, ਇਹ ਤਾਂ 10 ਵਾਰ ਸਾਫ਼ ਕਰਾਏ ਆ ਜੀ। ਇਹ ਵੀ ਦੂਸਰੇ ਸਾਲ ਦਾ ਵਾ, ਇਹ ਚੈੱਕ ਕਰ ਲਓ ਸਲਾਰਾ ਪੱਠਾ। ਇਹਦੀ ਅੱਖ ਤੁਸੀਂ ਡੇਲੇ ਦੀ ਕੁਸ਼ਾਦਗੀ ਚੈੱਕ ਕਰਿਓ, ਤੁਹਾਨੂੰ ਸਮੇਂ ਲੱਗੇਗੀ। ਬਾਕੀ ਭਰਾ ਜੀ ਹਰ ਬੰਦੇ ਨੇ ਆਪਣੀ ਸਮੇਂ ਨਾਲ ਕਬੂਤਰਬਾਜ਼ੀ ਕਰਨੀ ਆ, ਮੇਰੀ ਸਮੇਂ ਨਾਲ ਪੱਠਾ ਐਡਾ ਕੁ ਚੰਗਾ ਇਹਨੂੰ, ਨਹੀਂ ਤਾਂ ਜੇਠ 'ਚ ਤੁਸੀਂ ਐਤਕੀ ਜੇਠ 'ਚ ਉਡਾਓ ਤੁਸੀਂ। ਮੈਂ ਬੇਸਿਕਲੀ ਲਿਆਂਦਾ ਹੀ ਉਡਾਉਣ ਲਈ ਸੀਗਾ, ਕਿਉਂਕਿ ਮੈਂ ਜੇਠ ਲਈ ਬੜੇ ਅੱਛੇ ਕਬੂਤਰ ਤਿਆਰ ਕਰ ਰਿਹਾ ਵਾਂ ਜੀ, ਅਤੇ ਇਹ ਵਜੇ ਸਲਾਰਾ ਸੀਗਾ। ਚਲੋ ਇਹ ਆਫਰ ਹੀ ਆ, ਅਗਰ ਕੋਈ ਦੋਸਤ ਲੈ ਲਏਗਾ ਤਾਂ ਭਾਅ ਜੀ ਉਡਾ ਲਏਗਾ, ਜਾਂ ਜੋੜਿਆਂ 'ਚ ਲਾ ਲਏਗਾ ਇਸ ਗੋਲਡਨ ਪੱਠੀ ਨਾਲ। ਨਾ ਹੋਏ ਤਾਂ ਭਰਾ ਜੀ ਮੇਰੇ ਕੋਲ ਤਾਂ ਆਪਸ਼ਨ ਹੈਗਾ, ਹਾਂਜੀ ਅੱਛੇ ਟੂਰਨਾਮੈਂਟ ਦੇ ਵਿੱਚ ਉਡਾਵਾਂਗੇ ਜਨਾਬ ਪੱਠਾ। ਇਹ ਚੈੱਕ ਕਰ ਲਿਓ ਸਲਾਰਾ ਪੱਠਾ, ਤੁਸੀਂ ਮਜ਼ਾ ਆ ਜਾਏਗਾ। ਇਹ ਚੈੱਕ ਕਰੋ ਪੱਲੇ, ਕੋਈ ਮਾਈ ਦਾ ਲਾਲ ਇੱਦਾਂ ਦੇ ਯੰਗ 10 ਵਾਰ ਸਾਫ਼ ਕਰਾ ਕੇ ਪੱਠੀਆਂ ਪੱਠੇ ਦਿੰਦਾ, ਐਵੇਂ ਨਹੀਂ ਲੜਾਈ ਹੋਏ। ਦੂਸਰਾ ਧਾਗਾ ਵੀ ਲੈਸ ਕਰਨ ਦੇ, ਆਹ ਦੇਖੋ ਮਾਸ਼ਾਅੱਲਾ, ਗਹਿਰਾ ਅਕਲ ਸਿਰਾ ਅਕਲ ਦੁੰਬਾ ਦੁੰਬ ਬਿਲਕੁਲ ਬੰਦ। ਇਹ ਚੈੱਕ ਕਰੋ ਇੱਕ ਪੱਤੇ ਦੀ ਦੁੰਬ, ਇੱਧਰੋਂ ਵੀ ਮਾਸ਼ਾਅੱਲਾ ਸਾਰੇ ਪੱਲੇ ਕਾਲੇ, ਉੱਤੇ ਉੱਡਦਾ ਇੱਦਾਂ ਲੱਗਦਾ ਜਿੱਦਾਂ ਬੱਚਾ ਵਾ ਜੀ। ਮੈਂ ਕਿਹਾ ਜੀ ਜਿੱਡੀ ਕੁ ਅੱਖਾਂ ਦੀ ਕੁਸ਼ਾਦਗੀ ਹੈ ਨਾ, ਘੱਟ ਹੀ ਕਬੂਤਰਾਂ ਦੀ ਹੁੰਦੀ ਆ। ਇਹ ਇੱਕ ਵਾਰੀ ਫਿਰ ਦੇਖੋ ਅੱਖ ਜ਼ਰਾ, ਇਹ ਲਓ ਬਹੁਤ ਵੱਡਾ ਕਬੂਤਰ ਭਾਅ ਜੀ। ਇਹ ਅਗਰ ਜੋੜਾ ਕਿਸੇ ਨੂੰ ਪਸੰਦ ਆਵੇ ਨਾ ਗੋਲਡਨ ਮਾਦੀ, ਤਾਂ ਇਹ ਜੋੜਾ ਕਬੂਤਰ ਦੀ ਇੱਥੋਂ ਹੀ ਖਲੋਣੀ ਤੁਸੀਂ ਦੇਖ ਲਓ, ਤੁਹਾਨੂੰ ਪਤਾ ਲੱਗ ਗਿਆ। ਇਹ ਲਓ, ਇਹ ਲਓ ਸਰ, ਐਨ ਮੂੰਹ ਕਰ ਓਏ, ਐਨ ਮੂੰਹ ਨਹੀਂ ਕਰਨ ਦੇ। ਇਹ ਦੇਖੋ ਦੇਖੋ ਕਬੂਤਰ ਖਲੋਤਾ। ਇਹ ਲਓ ਭਾਈ ਜਾਨ, ਮੈਂ ਐਵੇਂ ਨਹੀਂ ਕਹਿੰਦਾ ਹੁੰਦਾ ਕਿ ਮੇਰੀ ਪਸੰਦ ਦੇ ਜੋੜੇ ਆ, ਕੋਈ ਗੱਲ ਹੈਗੀ ਆ ਤਾਂ ਮੈਂ ਕਹਿੰਦਾ ਨਾ ਇਹ ਦੋ ਜੋੜੇ ਹੋ ਗਏ ਜੀ, ਠੀਕ ਹੈ ਭਾਅ ਜੀ। ਦੇਖੋ ਮਾਦੀ ਵੀ ਮਾਸ਼ਾਅੱਲਾ, ਪੱਠੀ ਵੀ ਖੜੀ ਜੰਗ। ਮੈਂ ਜਵਾਨ ਜਵਾਨ ਤਾਂ ਦਿੰਦਾ ਹੁੰਦਾ ਕਿ ਕੱਲ੍ਹ ਨੂੰ ਕੋਈ ਮਸਲਾ ਮਸਾਇਲ ਨਾ ਦੋਸਤ ਕੋ ਕਿਸੇ ਕੋਲ ਬਣੇ ਜਾ ਕੇ, ਠੀਕ ਹੈ ਜੀ। ਕਬੂਤਰ ਬੋਤਨਾ ਪਾਉਂਦਾ ਹੋਵੇ, ਚੈੱਕ ਕਰੋ ਕਬੂਤਰ ਮਾਸ਼ਾਅੱਲਾ, ਪੱਠਾ ਵਾ ਹਜੇ ਯੰਗ ਜਿਹਾ। ਇਹ ਜੋੜੇ ਦੋ ਜਨਾਬ, ਠੀਕ ਹੈ ਜੀ ਭਾਅ ਜੀ। ਇਹ ਕਿਸੇ ਭਰਾ ਦੀ ਸਮਝ 'ਚ ਦੋ ਜੋੜੇ ਆਏ, ਤਾਂ ਮੇਰੇ ਨਾਲ ਰਾਬਤਾ ਕਰਿਓ ਜਨਾਬ। ਹੋਰ ਕਬੂਤਰ ਚਾਹੀਦਾ ਤਾਂ ਹੋਰ ਮੈਂ ਤੁਹਾਨੂੰ ਦਿਖਾ ਦਿੰਦਾ ਵਾਂ। ਹੁਣ ਦੇਖਿਓ ਇਹ ਮੇਰਾ ਕਬੂਤਰ ਘਰ ਦਾ ਪੱਠਾ ਵਾ ਜੀ, ਆਮ ਜਿਹਾ ਸਾਦਾ ਜਿਹਾ, ਦੇਖਣ ਨੂੰ ਦਿਲ ਨਹੀਂ ਕਰਦਾ, ਲੇਕਿਨ ਇਹ ਪੱਠਾ ਮਾਸ਼ਾਅੱਲਾ ਜੇਠ ਦੇ ਵਿੱਚ ਵਾਂਗੂ ਬਾਜ਼ੀਆਂ ਜੁੜੀਆਂ, ਨੇਰ ਤੂਫਾਨ ਝੱਲੇ। ਇਹ ਮੇਰੇ ਘਰ ਦਾ ਬੱਚਾ ਵਾ ਜੀ ਕਾਲੇ ਦਾ, ਇਹਨੂੰ ਬੜਾ ਹੀ ਸਿਆਣਾ ਬੱਚਾ ਯਾਰ। ਇਹ ਉਹ ਥੱਲੇ ਉੱਤਰ ਜਾਂਦਾ ਜਾ ਕੇ ਜਿੱਥੋਂ ਨਿਕਲਿਆ ਸੀਗਾ ਵੀ ਉੱਥੇ ਹੀ ਮੈਂ ਚੱਲਾਂ। ਕਬੂਤਰਾਂ ਨੂੰ ਦਾਣਾ ਪਾਣੀ ਦਾ ਟਾਈਮ ਹੋਇਆ, ਕਬੂਤਰ ਉੱਤੇ ਵੇਟ ਕਰ ਰਹੇ ਵੀ ਸਾਕੀ ਭਾਈ ਹੁਣ ਦਾਣਾ ਪਾਉਣਗੇ, ਕਿਉਂਕਿ ਨਮਾਜ਼ ਤੋਂ ਪਹਿਲੇ। ਇਹ ਦੋਨੀ ਭਰਾ ਵਾ, ਭੈਣ ਭਰਾ ਵਾ ਜਾਂ ਭਰਾ ਵਾ, ਠੀਕ ਹੈ ਜੀ। ਅਤੇ ਮੈਂ ਅਲੋਫਰੇ 'ਚ ਚੱਲਾਂ ਵਾ ਜੀ, ਮੈਂ ਕਿਹਾ ਮੈਂ ਹੋਰ ਦੋਸਤਾਂ ਨੂੰ ਬੱਚਿਆਂ ਸ਼ੌਕ ਕਰਾਵਾਂ ਕਬੂਤਰਾਂ ਦਾ, ਕੋਈ ਚੰਗੀਆਂ ਜਿਹਾਂ ਦਾ, ਠੀਕ ਹੈ ਜੀ। ਇਹ ਜਿਹੜਾ ਨੀਲੇ ਰੰਗ ਲੱਗੇ ਆ, ਇਹ ਤਾਂ ਹੈਗੇ ਜੇਠ ਵਾਲੇ ਆਪਣੇ, ਇਹ ਜਿਹੜੇ ਕਬੂਤਰ ਇਹ ਨੀਲੇ ਰੰਗਾਂ ਦੇ ਸਾਰੇ ਜੇਠ ਵਾਲੇ ਪੱਠੀਆਂ ਪੱਠੇ ਆ ਜੀ ਯੰਗ, ਠੀਕ ਹੈ ਭਾਜੀ। ਮੈਂ ਤੁਹਾਨੂੰ ਮਜ਼ੀਦ ਅੱਛੇ ਕਬੂਤਰ ਦਿੰਦਾ ਵਾਂ, ਮੈਂ ਸਾਰੇ ਕਬੂਤਰ ਦੇਣ ਦਿਆਂ ਵਾਂ। ਹਾਂਜੀ ਮੇਰੇ ਕੋਲ ਜਿਹੜੇ ਮੇਨ ਜੋੜੇ ਪੂਰੇ ਹੋਣ ਦੇ, ਬਾਕੀ ਮੈਂ ਕਬੂਤਰ ਕਹਿੰਦਾ ਦੋਸਤ ਲੈਣ, ਮਜ਼ੇ ਲੈਣ ਜਿਹੜਾ। ਅੱਛਾ ਜੀ ਭਾਈ ਜਾਨ, ਹੁਣ ਦੇਖੋ ਮੈਂ ਤੁਹਾਨੂੰ ਤੀਸਰਾ ਜੋੜਾ ਦਿਖਾਉਣ ਲੱਗਾ। ਅਗਰ ਕੋਈ ਮੈਨੂੰ ਦੋਸਤ ਕਹਿੰਦਾ ਸਾਕੀ ਭਾਈ ਜੇ ਅਸੀਂ ਤੇਰੇ ਕੋਲ ਪੁੱਛੀਏ ਵੀ ਕਿਹੜਾ ਕਬੂਤ ਜੋੜਾ ਲਈਏ ਅਸੀਂ, ਤੂੰ ਸਾਨੂੰ ਕੀ ਸੁਗੈਸ ਕਰੇਗਾ ਜਨਾਬ? ਮੈਂ ਭਾਅ ਜੀ ਇਹ ਫਿਰੋਜ਼ਪੁਰੀ ਕਬੂਤਰ ਆ, ਮੇਰੇ ਕੋਲ ਪੁਰਾਣੀ ਬਲੱਡ ਲੈਂਦੇ ਫਿਰੋਜ਼ਪੁਰੀ, ਔਰ ਇਹ ਟੈਡੀ ਮਾਦੀ ਆ। ਮੈਂ ਮਾਦੀ ਛੱਡਤੀ ਆ, ਠੀਕ ਹੈ ਜੀ।
ਇਹ ਫਿਰੋਜ਼ਪੁਰੀ ਕਬੂਤਰ ਦਾ ਸ਼ੌਕ ਕਰਿਓ ਭਾਈ ਜਾਨ। ਇਹ ਲਓ ਜੀ, ਅੱਛਾ ਇਹ ਫਿਰੋਜ਼ਪੁਰੀ ਕਬੂਤਰ ਹੀ, ਇਸ ਕਬੂਤਰ ਨੂੰ ਪਿਓਰ ਫਿਰੋਜ਼ਪੁਰੀ ਆ ਜੀ, ਪੁਰਾਣੀ ਨਸਲ ਦੇ ਕਬੂਤਰ। ਇਹ ਚੈੱਕ ਕਰੋ ਜ਼ਰਾ, ਇਹ ਕਬੂਤਰ ਕੋਈ ਛੱਡੇ ਨਾ ਮੇਰੇ ਕਹਿਣ 'ਤੇ ਜਨਾਬ, ਇਹ ਕਬੂਤਰ ਨਯਾਬ ਹੋ ਗਏ ਆ ਜੀ। ਇਹਨਾਂ ਅੱਖਾਂ 'ਚ ਤੁਸੀਂ ਕਬੂਤਰ ਚੈੱਕ ਕਰ ਲਿਓ, ਇਹਨਾਂ ਕਬੂਤਰਾਂ ਦੇ ਵਿੱਚੋਂ ਸਲਾਰੇ ਕਬੂਤਰ ਵੀ ਬਣਦੇ ਆ, ਮੀਆਂ ਨਜ਼ੀਰ ਸਾਹਿਬ ਵਾਲੇ ਵੀ ਜ਼ਿਆਦਾ ਕਬੂਤਰਾਂ ਦੀਆਂ ਅੱਖਾਂ ਤੁਸੀਂ ਦੇਖੋਗੇ ਸਾਫ਼ ਸ਼ਫਾਫ਼। ਉਹਨਾਂ ਦੇ ਪਿੱਛੇ ਤੁਹਾਨੂੰ ਇਹ ਜ਼ਮੀਨ ਨਜ਼ਰ ਆਏਗੀ ਜਿਹੜੀ ਇਸ ਕਬੂਤਰ ਦੀ ਆ। ਇਹ ਬੋਸਕੀ ਜੀ, ਇਹ ਦੇਖੋ, ਇਹੋ ਵਾਹ ਭਾਅ ਜੀ ਕਬੂਤਰ। ਹਾਂਜੀ ਇਹ ਦੇਖੋ ਜੀ, ਰਿੰਗ ਚੈੱਕ ਕਰੋ, ਇਹ ਜੋੜਾ ਮੈਂ ਸਜੈਸਟ ਕਰੂੰਗਾ ਲੈ ਲਓ। ਮਾਸ਼ਾਅੱਲਾ ਮਾਸ਼ਾਅੱਲਾ, ਨਜ਼ਰੇ ਬਾਤ ਤੋਂ ਬਚਾ, ਇੱਡਾ ਕੁ ਨਯਾਬ ਜੋੜਾ ਹੈ ਨਾ ਕਿ ਤੁਸੀਂ ਯਾਦ ਕਰੋਗੇ ਜਨਾਬ। ਹਾਂਜੀ ਇਹ ਇਨਸ਼ਾਅੱਲਾ ਨਾ ਕੋਈ ਦੇਗਾ ਅਤੇ ਨਾ ਕੋਈ ਇੱਦਾਂ ਦੇ ਕਬੂਤਰ। ਮੈਂ ਤੁਹਾਨੂੰ ਦੱਸਿਆ ਵੀ ਮੈਂ ਬਸ ਹੈ ਨਾ, ਕੁਛ ਨਾ ਪੁੱਛੋ ਤੁਸੀਂ ਮੈਨੂੰ ਕਿ ਮੈਂ ਕਾਹਤੋਂ ਦੇਣਾ। ਚੈੱਕ ਕਰੋ ਪੱਲੇ ਮਾਸ਼ਾਅੱਲਾ, ਇਹ ਲਓ ਦੇਖ ਲਓ ਭਾਅ ਜੀ, ਇਹ ਜੋੜਾ ਅਗਰ ਤਿੰਨਾਂ 'ਚੋਂ ਕਹੋਗੇ ਇੱਕ ਜੋੜਾ ਮੈਂ ਲੈਣਾ ਤਾਂ ਆਪਣੀ ਨਸਲ ਬਣਾਉਣੀ, ਸਾਕੀ ਬਾਈ ਕੋਈ ਸਾਨੂੰ ਮਸ਼ਵਰਾ ਦੇ ਅਤੇ ਮੈਂ ਸਰ ਇਸ ਕਬੂਤਰ ਨੂੰ ਸਜੈਸਟ ਕਰੂੰਗਾ। ਕਬੂਤਰ ਉੜਿਆ ਹੋਇਆ ਕਬੂਤਰ, ਬੜਾ ਪੁਰਾਣਾ ਕਬੂਤਰ ਆ ਜੀ ਮੇਰੇ ਕੋਲ, ਠੀਕ ਆ ਭਾਅ ਜੀ। ਇਹ ਕਬੂਤਰ ਹੀ, ਅੱਗੇ ਤੁਹਾਡੀ ਆਪਣੀ ਸਮਝ ਆ ਭਾਈ ਜਾਨ, ਜਿਹਦੀ ਸਮਝ ਹੈ ਇਹ ਕਬੂਤਰ ਹੀ ਅਤੇ ਮਾਦੀ ਦਾ ਤੁਹਾਨੂੰ ਮੈਂ ਸ਼ੌਕ ਕਰਾਉਣਾ ਜਨਾਬ। ਇਸ ਮਾਦੀ ਲਈ ਤੁਹਾਨੂੰ ਇਸ ਕਬੂਤਰਾਂ ਦਾ ਜਿਹੜਾ ਤਿੰਨ ਜੋੜੇ ਦਾ ਹੈ ਇਹਨਾਂ 'ਚ ਬੜਾ ਬੜੇ ਬੜੇ ਆਪਸ਼ਨ ਆ ਜੀ, ਜਿੰਨਾ ਮਰਜ਼ੀ ਇਹ ਮਾਦੀ ਲਾਓਗੇ ਤੁਹਾਨੂੰ ਮਜ਼ਾ ਹੀ ਆਏਗਾ ਜੀ। ਇਹ ਚੈੱਕ ਕਰੋ ਮਾਦੀ, ਇਹ ਤੁਸੀਂ ਸਲਾਰਾ ਕਬੂਤਰ ਜਿਹੜਾ ਮੈਂ ਤੁਹਾਨੂੰ ਦਿਖਾਇਆ ਨਾ ਦੂਸਰੇ ਨੰਬਰ 'ਤੇ, ਉਸ ਕਬੂਤਰ ਨਾਲ ਵੀ ਲਾਓਗੇ ਤਾਂ ਵੀ ਤੁਹਾਨੂੰ ਮਜ਼ਾ ਹੀ ਆਏਗਾ। ਇਹ ਮੇਨ ਵੱਡੇ ਬਰੀਡਰ ਸੈਟਅਪ ਆ ਜੀ ਸਮਝੋ, ਇਹ ਮੇਨ ਕਬੂਤਰ ਆਪਣੇ ਦੇ ਰਿਹਾ ਵਾਂ ਭਾਈ ਜਾਨ। 2-4 ਖੁੱਡੇ ਹੋਰ ਬਣਾਉਣੇ ਆ ਤਾਂ ਕਰਕੇ ਮੈਂ ਕਹਿੰਦਾ ਕਿ ਇਹ ਮੇਨ ਕਬੂਤਰ ਦਈਏ ਕਿਸੇ ਨੂੰ ਤਾਂ ਕੋਈ ਰੂਹ ਰਾਜ਼ੀ ਹੋਵੇ ਕਿਸੇ ਦੀ, ਠੀਕ ਹੈ ਨਾ, ਕਿਸੇ ਕੋਲ ਜਾਣ ਵੀ ਤਾਂ ਮਜ਼ਾ ਆਵੇ ਜਨਾਬ। ਇਹ ਤਿੰਨੇ ਹੀ ਜੋੜੇ ਮੇਰੇ ਕਹਿਣ 'ਤੇ ਕੋਈ ਲੈ ਲਵੇ ਜਨਾਬ, ਮੁਨਾਸਬ ਕੀਮਤ ਕਰਕੇ ਦੇ ਦਾਂਗੇ। ਇਹ ਕਬੂਤਰ ਛੱਡਿਓ ਨਾ ਜੀ, ਬਾਕੀ ਜਨਾਬ ਲੋਕ ਲੱਭਦੇ ਬਲੱਡਾਂ ਅਤੇ ਗੋਲਡਨ ਅਤੇ ਟੈਡੀ, ਇਹ ਹੈਗੇ ਗਰਮੀਆਂ 'ਚ ਉਡਾਉਣ ਵਾਲੇ ਕਬੂਤਰ ਜਨਾਬ, ਮਜ਼ਾ ਕਰਾਉਣਗੇ ਇਨਸ਼ਾਅੱਲਾ। ਮੇਰਾ ਬੜਾ ਮਾਣ ਆ ਜੀ, ਮੈਨੂੰ ਬੜਾ ਹੀ ਬਿਲੀਵ ਆ। ਇਹ ਚੈੱਕ ਕਰੋ ਹੁਣ ਕਬੂਤਰ ਆਪਣੀ ਖੜ੍ਹ 'ਚ ਆਇਆ, ਇਹ ਦੇਖੋ ਪੱਠਾ, ਇਹ ਦੇਖੋ ਹੁਣ ਇਹਦੀ ਖਲੋਣੀ ਦੇਖਿਓ ਤੁਸੀਂ, ਇਹ ਜੋੜਾ ਵੀ ਆ ਇਹ ਕਬੂਤਰ ਜਿਹੜਾ। ਇਹ ਦੇਖੋ ਕਬੂਤਰਾਂ ਦੀ ਖਲੋਣੀ ਬਣੀ ਹੈ, ਇਹ ਫਿਰੋਜ਼ਪੁਰੀ ਕਬੂਤਰ ਭਾਅ ਜੀ ਨਾ ਛੱਡਿਓ ਕੋਈ ਵੀ। ਅਗਰ ਕੋਈ ਮੇਰਾ ਬਹੁਤ ਅੱਛਾ ਦੋਸਤ ਹੈ, ਇਹਦਾ ਇੱਕ ਵੱਡਾ ਭਰਾ ਮੈਂ ਦੇਤਾ ਵਾ ਜਨਾਬ, ਇਹ ਜਨਾਬ ਉਹ ਇਹਦਾ ਸੋਰੀ ਇਹਦਾ ਪਿਓ ਸਮਝੋ ਦੇਤਾ ਵਾ, ਤਾਂ ਇਹ ਪੱਠਾ ਲੈ ਲਓ ਜਿਹਨੇ ਲੈਣਾ। ਇਹ ਜੋੜਾ ਦੇਖੋ ਮਾਸ਼ਾਅੱਲਾ, ਬੜੀ ਬੜੀ ਦੁਨੀਆ ਕੋਈ ਯਾਰ ਬਰੀਡਾਂ ਵਾ, ਮੈਂ ਨਹੀਂ ਕਿਸੇ ਨੂੰ ਰਿਜੈਕਟ ਕਰਦਾ। ਚੈੱਕ ਕਰੋ ਕਬੂਤਰਾਂ ਦੀ ਖਲੋਣੀ, ਠੀਕ ਹੈ ਭਾਅ ਜੀ। ਇਹ ਮੈਂ ਦੋਸਤਾਂ ਨੂੰ ਕਹਿ ਰਿਹਾ ਵਾਂ, ਅਗਰ ਕੋਈ ਦੋਸਤ ਬਹੁਤ ਅੱਛਾ ਸ਼ੌਕ ਕਰਨਾ ਚਾਹੇ ਇਹ ਤਿੰਨ ਜੋੜੇ ਰੱਖ ਲਓ, ਇਸ ਤੋਂ ਵੱਧ ਤੁਹਾਨੂੰ ਗੁੰਜਾਇਸ਼ ਜ਼ਰੂਰਤ ਨਹੀਂ ਪਏਗੀ ਇਨਸ਼ਾਅੱਲਾ ਕਬੂਤਰਾਂ ਦੀ। ਚੈੱਕ ਕਰੋ ਪੱਠਾ, ਇਹ ਪੱਠਾ ਮੈਂ ਹਜੇ ਵੀ ਮਤਲਬ ਕਿ ਨਾ ਸਮਝ ਲੱਗੀ ਤਾਂ ਮੈਂ ਰੱਖ ਲੈਣਾ ਵਾ, ਇਹ ਪੱਠੇ ਦਾ ਮੈਂ ਕਨਫਰਮ ਨਹੀਂ ਹੈਗਾ ਵੀ ਮੈਂ ਦੇਣਾ ਕਿ ਨਹੀਂ ਦੇਣਾ, ਕਿਉਂਕਿ ਮੈਂ ਅਡਾਉਣਾ ਚਾਹੁੰਦਾ ਇਹ ਪੱਠੇ ਨੂੰ। ਇਹ ਹਨੇਰਿਆਂ 'ਚ ਐਵੇਂ ਬਹਿ ਜਾਂਦੇ ਪੱਠੇ, ਇਹ ਪੱਠੇ ਨੂੰ ਸਰ ਲਾਈਟਾਂ ਦੀ ਵੀ ਲੋੜ ਨਹੀਂ ਹੈਗੀ, ਇਹ ਪੱਠੇ ਉੱਦਾਂ ਦੇ ਆ ਜਨਾਬ। ਇਹ ਚੈੱਕ ਕਰੋ ਕਬੂਤਰ, ਠੀਕ ਹੈ ਭਾਅ ਜੀ। ਇਹ ਫਿਰੋਜ਼ਪੁਰੀ ਦੀ ਖਲੋਣੀ ਵੀ ਦੇਖ ਲਓ, ਜਿਹਨੂੰ ਮੈਂ ਫਿਰੋਜ਼ਪੁਰੀ ਕਹਿ ਹੁੰਦੇ ਆ, ਲੋਕਾਂ ਨੇ ਬਣਾ ਲਏ ਅੱਜ ਕੱਲ੍ਹ ਨੀਲੀਆਂ ਅੱਖਾਂ ਦੇ ਫਿਰੋਜ਼ਪੁਰੀ ਕਬੂਤਰ, ਲੇਕਿਨ ਉਹ ਫਿਰੋਜ਼ਪੁਰੀ ਕਬੂਤਰ ਕੋਈ ਨਹੀਂ ਗੇ। ਹਾਂਜੀ ਉਹ ਬਾਂਕੇ ਕਬੂਤਰ ਆ, ਇਹ ਵਸ ਹੀ ਫਿਰੋਜ਼ਪੁਰੀ ਕਬੂਤਰ ਜਨਾਬ। ਚੈੱਕ ਕਰੋ ਜ਼ਰਾ ਮਾਸ਼ਾਅੱਲਾ, ਇਹ ਵੀ ਆਪਸ਼ਨ ਹੈਗਾ ਉਸ ਫਿਰੋਜ਼ਪੁਰੀ ਕਬੂਤਰ ਨੇ, ਇਹ ਕਬੂਤਰੀ ਵੀ ਲਾ ਲਓ ਤੁਹਾਨੂੰ ਮਜ਼ਾ ਦੇ ਦੇਗੀ ਜੀ। ਆ ਚੈੱਕ ਕਰ ਲਓ ਕਬੂਤਰ, ਜੇ ਕਿਸੇ ਭਰਾ 'ਚ ਸਮਝ ਆਏ ਤਾਂ ਮੇਰਾ ਰਾਬਤਾ ਕਰਿਓ, ਠੀਕ ਹੈ ਜੀ।